ਅਸਲਾਮ ਅਲੈਕਮ ਜੀ ਸਭ ਦੇਖਣ ਵਾਲਿਆਂ ਨੂੰ ਤੇ ਅੱਜ ਤੁਹਾਨੂੰ ਇੱਕ ਗੱਲ ਸੁਣਾਉਣੀ ਹੈ ਬਾਦਸ਼ਾਹ ਹੁੰਦਾ ਸੀ ਉਹਦੀ ਆਵਾਮ ਜਿਹੜੀ ਨਾ ਬਹੁਤੀ ਬੇਜ਼ਮੀਰ ਤੇ ਬਗੈਰਤ ਉਹਨਾਂ ਦੇ ਜ਼ਮੀਰ ਮਰ ਗਏ ਸੀ ਤੇ ਉਹਨਾਂ ਨੇ ਨਾ ਬਾਦਸ਼ਾਹ ਨੇ ਆਪਣੇ ਵਜ਼ੀਰ ਨੂੰ ਬੁਲਾਇਆ ਉਹਨੇ ਕਿਹਾ ਯਾਰ ਕੋਈ ਇਹਨਾਂ ਦਾ ਹੱਲ ਸੋਚ ਐਡੀ ਬਗੈਰਤੀ ਜਿਹੜੀ ਠੀਕ ਨਹੀਂ ਹੁੰਦੀ ਕੋਈ ਇਹਨਾਂ ਦੀ ਗੈਰ ਜਗਾ ਬਾਦਸ਼ਾਹ ਨੇ ਕਿਹਾ ਇੱਕ ਪੋੜਾ ਪੋਲ ਤੇ ਬਹੁਤ ਰਾਸ਼ ਹੁੰਦਾ ਤੇ ਇੰਜ ਕਰਦੇ ਕਿ ਨਾ ਉੱਥੇ ਉਹਨੇ ਨਾ ਖਿਲਾਰ ਦਿੱਤੇ ਬਾਈ ਪੀ ਆnde ਜਾਂਦੇ ਹਨ 10 10 ਛੋਟੇ ਮਾਰਨ ਉਮੀਦ ਹੈ ਇਹਨਾਂ ਨੂੰ ਤਕਲੀਫ ਹੋਏਗੀ ਤੇ ਇਹ ਨਾ ਜਿਹੜੇ ਇਹਨਾਂ ਨੂੰ ਕੋਈ ਤਕਲੀਫ ਹੋਏਗੀ ਤੇ ਇਕੱਠੇ ਹੋ ਕੇ ਤੁਹਾਡੇ ਖਿਲਾਫ ਕੋਈ ਗੱਲ ਕਰਨਗੇ ਕੋਈ ਜ਼ਮੀਰ ਨਾਲ ਜਾਗਣਗੇ ਲੋ ਜੀ ਉਹਨਾਂ ਖਿਲਾਰ ਦਿੱਤੇ ਹਫ਼ਤਾ ਲੰਘਿਆ ਬਾਦਸ਼ਾਹ ਨੇ ਪੁੱਛਿਆ ਹਾਂ ਉਹਨੇ ਕਿਹਾ ਕੋਈ ਫਰਕ ਨਹੀਂ ਪਿਆ ਆਵਾਮ ਆਂਦੀ ਹੈ ਛੋਟੇ ਖਾਂਦੀ ਤੇ ਚੱਲ ਜਾਂਦੀ ਬਾਦਸ਼ਾਹ ਕਹਿੰਦਾ ਡੰਡੇ ਵੀ ਕਰ ਦਿਓ ਵੀ ਡੰਡੇ ਕਰ ਦਿੰਦੇ ਆ ਉਹ ਜੀ 20 ਛੋਟੇ ਪਤਾ 20 ਛੋਟੇ ਖਾਣੇ ਲੈਣ ਚ ਲੱਗਣਾ ਟਾਈਮ ਲੱਗਦਾ ਸੀ ਹਫਤਾ ਲੰਘਿਆ ਆਵਾਮ ਇਕੱਠੀ ਹੋ ਗਈ ਬਾਦਸ਼ਾਹ ਦੇ ਦਰਬਾਰ ਅੱਗੇ ਤੇ ਬਾਦਸ਼ਾਹ ਨੂੰ ਨਾ ਬਾਦਸ਼ਾਹ ਨੂੰ ਵਜ਼ੀਰ ਕਹਿੰਦਾ ਜੀ ਆਵਾਮ ਇਕੱਠੀ ਹੋ ਗਈ ਹੈ ਤੇ ਉਮੀਦ ਲੱਗਦਾ ਮੈਨੂੰ ਇਹ ਕਿ ਇਹਨਾਂ ਦੇ ਜ਼ਮੀਰ ਜਾਗ ਗਏ ਬਾਦਸ਼ਾਹ ਬਾਹਰ ਨਿਕਲਦਾ ਬੜਾ ਖੁਸ਼ੀਪੈ ਗੀ ਮੇਰੀ ਆਵਾਮ ਦੇ ਜ਼ਮੀਰ ਜਾਗ ਗਏ ਤੇ ਬਾਦਸ਼ਾਹ ਕਹਿੰਦਾ ਹਾਂ ਜੀ ਦੱਸੋ ਮੇਰੀ ਰਾয়া ਕੀ ਮਸਲਾ ਤੁਹਾਨੂੰ ਉਹ ਕਹਿੰਦੇ ਬਾਦਸ਼ਾਹ ਜੀ ਤੁਸੀਂ ਉੱਥੇ ਪੋਲ ਤੇ ਬੰਦੇ ਖਿਲਾਰ ਦਿੱਤੇ 20-20 ਛੋਟੇ ਮਾਰਦੇ ਸਾਡੀ ਇਹ ਗੁਜ਼ਾਰਿਸ਼ ਹੈ ਬਾਦਸ਼ਾਹ ਨੇ ਕਿ ਹਾਂ ਹੁਕਮ ਕਰੋ ਉਹਨੇ ਕਿਹਾ ਜੀ ਬੰਦੇ ਆਪਣੇ ਜਿਹੜੇ ਤੁਸੀਂ 20-20 ਸਾਨੂੰ ਛੋਟੇ ਮਾਰਦੇ ਉਹ ਬੰਦੇ ਵਧਾਓ ਅਸੀਂ ਲੈਨ 'ਚ ਲੱਗੇ ਹੋਈਦਾ ਛੋਟੇ ਵੀ ਖਾਈਦਾ ਤੇ ਸਾਡਾ ਟਾਈਮ ਜ਼ਾਇਆ ਹੋ ਜਾਂਦਾ ਤਾਂ ਲਿਆਦਾ ਜਿਹੜੇ ਬੰਦੇ ਛੋਟੇ ਮਾਰਦੇ ਨਾ ਉਹਨਾਂ ਦੀ ਤਦਾਦ ਵਧਾ ਦਿਓ ਇਸੇ ਹੀ ਮਿਸਾਲ ਅੱਜਕੱਲ ਬਤੌਰੇ ਕੌਮ ਸਾਡੇ ਪਾਕਿਸਤਾਨ ਤੇ ਜਿਹੜੀ ਆ ਪੂਰੀ ਟੁਕਦੀ ਆ ਅਸੀਂ ਲੋਕ ਜਿਹੜੇ ਨਾ ਮੋਮਬਤੀਆਂ ਲੈਣ ਵਾਸਤੇ ਆਟਾ ਤੇਲ ਲੈਣ ਵਾਸਤੇ ਅਸੀਂ ਲੈਣਾ ਚ ਲੱਗ ਜਾਂਦੇ ਆਪਣੀਆਂ ਧੀਆਂ ਭੈਣਾਂ ਦੀਆਂ ਇਸਤਾਂ ਉੱਥੇ ਜ਼ਲੀਲ ਹੁੰਦੀਆਂ ਪਈਆਂ ਕੋਈ ਫਰਕ ਨਹੀਂ ਸਾਨੂੰ ਅਸੀਂ ਆਪਣੀ ਮौज ਮਸਤੀ ਦੇ ਵਿੱਚ ਜਿਹੜਾ ਨਾ ਜੀਰੇ ਬਤੋਰੇ ਕੌਮ ਮੈਂ ਕਿਸੇ ਨੂੰ ਇਹ ਵੀ ਕਹਿੰਦਾ ਕਿ ਫਲਾਨਾ ਜਾਂ ਫਲਾਨਾ ਵੀ ইমরান ਖਾਨ ਵੀ ਹੋਰ ਇਸ ਪਾਕਿਸਤਾਨ ਚ ਆ ਜਾਣ ਨਾ ਓਬਵੀਅਸ ਕੌਮ ਦਾ ਕੁਝ ਨਹੀਂ ਕਰ ਸਕਦੇ ਕਿਉਂਕਿ ਕੌਮ ਅਜੇ ਆਪ ਹੀ ਨਹੀਂ ਚਾਹਦੀ ਕਿ ਸਾਡੇ ਨਾਲ ਨਾ ਕੋਈ ਇਨਸਾਫ ਹੋਵੇ ਕੋਈ ਸਾਡੇ ਲਈ ਆਵਾਜ਼ ਉਠਾਵੇ ਇਹਨਾਂ ਨਾਲ ਅਜੇ ਨਾ ਜ਼ਮੀਰ ਜਿਹੜੇ ਮੁਰਦਾ ਪਏ ਠੀਕ ਹੈ ਸਾਡਾ ਜਿਹੜਾ ਨਾ ਅਸੀਂ ਟੀਵੀਆਂ ਅੱਗੇ ਬੈਠੇ ਆਂ ਮੋਬਾਈਲ ਤੇ ਬੈਠੇ ਆਂ ਠੀਕ ਆ ਅਸੀਂ ਆਵਾਜ਼ ਵੀ ਨਹੀਂ ਚੱਕਦੇ ਕਿ ਯਾਰ ਸਾਡੇ ਨਾ ਫਲਾਨਾ ਰਿਸ਼ਤੇਦਾਰ ਆ ਉਹਦਾ ਫਲਾਨੀ ਪਾਰਟੀ ਨਾਲ ਉਹ ਐਵੇਂ ਗੁੱਸਾ ਕਰੇਗਾ ਉਹਨੂੰ ਚੰਗਾ ਨਹੀਂ ਲੱਗਣਾ ਇਹ ਹਾਲਾਤ ਆ ਸਾਡੇ ਤੇ ਸਾਡਾ ਦਿਲ ਹੁੰਦਾ ਵੀ ਟੀਵੀ ਅੱਗੇ ਬੈਠੇ ਹੋਈ ਐ ਗਵਾਨੀਆਂ ਦਾ ਬਹਾਲ ਇਤਿਜਾਜ ਤੇ ਜਾਵੇ ਤੇ ਸਿਰ ਸਾਨੂੰ ਜਿਹੜਾ ਨਾ ਇਨਕਲਾਬ ਲੱਭ ਜਾਣਾ ਇਹ ਉਹੀ ਮਿਸਾਲ ਆ ਵੀ ਹੀਰ ਰਾਂਝਾ ਸਾਰਿਆਂ ਨੂੰ ਚੰਗਾ ਲੱਗਦਾ ਆ ਕਹਾਣੀ ਜਿਹੜੀ ਆ ਕਿੱਸਾ ਆ ਲੇਕਿਨ ਦੁਆ ਸਾਰਿਆਂ